तो मेजर सर से जानते हैं कि सर दूध का जो भी काम करते हैं, जो मिल्क पॉइंट का काम करते हैं, बीएमसी का काम होता है, कि उसमें कौन कौन से प्रोडक्ट यूज होते हैं, वो कौन कौन से आपके पास अवेलेबल हैं, किस रेट में सर, इसके बारे में जानकारी दें। ਸਾਡੇ ਕੋਲ ਸਾਰੇ ਤਰ੍ਹਾਂ ਦੇ ਪ੍ਰੋਡਕਟ ਹੁੰਦੇ ਆ ਜੀ। ਹਾਂਜੀ ਟੋਟਲੀ, ਜਿਵੇਂ ਐਨਾਲਾਈਜ਼ਰ ਵਗੈਰਾ, ਮਿਲਕ ਸੌਫਟਵੇਅਰ ਹੁੰਦਾ ਵਾ, ਬੀਨ ਸਕੇਲ ਹੁੰਦੇ ਆ। ਹਾਂਜੀ ਤੇ ਲੀਟਰ ਵਗੈਰਾ ਜਾਲੀਆਂ ਮੈਟ ਵੀ ਹੁੰਦੇ ਸਾਡੇ ਕੋਲ। ਹਾਂਜੀ ਬਾਕੀ ਅਸੀਂ ਐਨਾਲਾਈਜ਼ਰ ਦੀ ਪੀਸੀਬੀ ਦੀ ਰਿਪੇਅਰ ਕਰਦੇ ਹਾਂ ਇੱਕੋ ਮਿਲਕ ਦੀ ਜ਼ਿਆਦਾਤਰ। ਹਾਂਜੀ ਪੀਸੀਬੀ ਚੇਂਜ ਨਹੀਂ ਕਰਦੇ, ਉਸਨੂੰ ਰਿਪੇਅਰ ਕਰ ਦਿੰਦੇ ਹਾਂ। ਹਾਂਜੀ ਤੇ ਸਰ ਸਮਾਨ ਕੇ ਬਾਰੇ ਬਤਾਏ, ਜੋ ਕੌਣ ਕੌਣ ਸਾ ਸਮਾਨ ਆਪਣੇ ਪਾਸ ਅਵੇਲੇਬਲ ਹੈ, ਕੌਣ ਕੌਣ ਸਾ ਆਪ ਲੋਕ ਸੇਲ ਕਰ ਸਕਤੇ ਹੈਂ। ਮੇਰੇ ਪਾਸ ਜੈਸੇ ਇਹ ਡਿਪ ਕੱਪ ਹੁੰਦਾ ਬਾਈ। ਹਾਂਜੀ ਇਹ ਡਿਪ ਕੱਪ ਆ, ਇਹ 150 ਰੁਪਈਆ ਪ੍ਰਾਈਜ਼ ਆ ਜੀ ਇਹਦਾ। ਠੀਕ ਠੀਕ ਹੈ ਸਰ। ਅਤੇ ਇਹ ਜਾਲੀਆਂ ਆ ਜਾਂਦੀਆਂ ਜੀ, ਇਹ ਸਟੀਲ ਦੀ ਜਾਲੀ ਆ ਜਾਂਦੀ ਆ, ਕੈਨ ਆ ਜਾਂਦੇ 5 ਲੀਟਰ ਦਾ। ਇਸ ਦਾ ਪ੍ਰਾਈਸ 250 ਰੁਪਈਆ ਜੀ, ਕੈਨ ਦਾ 250 ਰੁਪਏ। ਇਹ 350। ਹਾਂਜੀ ਇਹ ਕਾ ਬੋਤਲ ਆ ਜਾਂਦੀ ਆ ਜੀ। ਇਹ ਕਿੰਨੇ ਕਾ ਸਰ? ਇਹ 400 ਰੁਪਈਏ ਦੀ ਆ। 400 ਰੁਪਏ ਦਾ। ਹਾਂਜੀ ਇਹ ਜੋ ਕਾਫ ਹੁੰਦਾ ਉਸਕੋ ਦੁੱਧ ਪਿਲਾਣੇ ਕੇ ਲਈ। ਹਾਂ ਦੁੱਧ ਪਿਲਾਣੇ ਕੇ ਲਈ। ਅਗਲਾ ਇਨਸਟਰੂਮੈਂਟ ਕੇ ਬਾਰੇ ਬਤਾਏ ਸਰ। ਸਰ ਇਹ ਲੀਟਰ ਆ ਜਾਂਦੇ ਜੀ, ਇਹ ਮਾਪ ਹੋ ਗਏ, ਨਾਪ ਹੋ ਗਏ 5 ਲੀਟਰ 250 ਰੁਪਈਏ ਦਾ। ਹਾਂਜੀ 2 ਲੀਟਰ 150 ਦਾ। ਹਾਂਜੀ ਇਹ 100 ਦਾ ਜੀ। ਹਾਂਜੀ ਫਿਰ ਇਹ ਕਲੀਨਰ ਵਗੈਰਾ ਆ ਜਾਂਦੇ ਆ 350 ਰੁਪਈਏ ਦਾ, ਮਸ਼ੀਨ ਨੂੰ ਸਾਫ ਕਰਨ ਲਈ, ਮਸ਼ੀਨ ਨੂੰ ਸਾਫ ਕਰਨ ਲਈ। ਹਾਂਜੀ ਇਹ ਐਨਾਲਾਈਜ਼ਰ ਮਸ਼ੀਨਾਂ ਨੂੰ। ਬਿਲਕੁਲ। ਇਹ ਟੈਗ ਵਗੈਰਾ ਸਰ, ਜੋ ਇਹ ਦੁੱਧ ਵਗੈਰਾ ਫੈਟ ਮਿਕਸ ਕਰਤੇ ਹੈ, ਟੈਗ ਆਉਂਦੇ ਆ ਜੀ। ਹਾਂਜੀ ਇਹ 25 ਰੁਪਈਏ ਦਾ ਪਰ ਪੀਸ ਹੁੰਦਾ ਜੀ। ਪਰ ਪੀਸ 25 ਰੁਪਏ ਦਾ। ਹਾਂਜੀ ਹਾਂਜੀ ਠੀਕ ਹੈ ਸਰ। ਇਹ ਕੰਡੇ ਆਉਂਦੇ ਆ ਵੇਟ ਸਕੇਲ, ਸੂਟੇ 50 ਕਿਲੋ ਤਾਈਂ ਤੋਲਦੇ ਆ, 350 ਰੁਪਏ ਦਾ ਹੁੰਦਾ ਜੀ। 350 ਰੁਪਏ ਦਾ। ਕੌਣ ਸੀ ਕੰਪਨੀ ਦਾ ਸਰ ਇਹ? ਇਹ ਚਾਈਨਾ ਮੇਡ ਹੀ ਹੁੰਦਾ ਜੀ। ਇਹ ਚਾਈਨਾ ਮੇਡ। ਹਾਂਜੀ ਹਾਂਜੀ ਬਿਲਕੁਲ ਸਰ। ਮੇਰੇ ਇਲੈਕਟ੍ਰੋਨਿਕ ਕੰਡੇ ਆਉਂਦੇ ਕੰਪਿਊਟਰਾਈਜ਼। ਹਾਂਜੀ 3200 ਰੁਪਏ ਦਾ ਜੀ, 30 ਕਿਲੋ ਤਾਈਂ ਵੇਟ ਤੋਲਦੇ। ਹਾਂਜੀ ਇਹ ਸਰ ਜੋ ਦੁੱਧ ਮੇ ਜੋ ਐਲਕੋਹਲ ਵਗੈਰਾ ਮਿਲਾਤੇ ਹੈ, ਇਹ ਜੋ ਕਾਂਚ ਕਾ ਜੋ, ਹਾਂ ਇਹ ਬਿੰਨੀ ਕੇ ਬਟੈਰੋਮੀਟਰ ਹੁੰਦੇ ਆ, ਇਹ ਇੱਕ ਪੀਸ 40 ਰੁਪਏ ਦਾ ਹੁੰਦਾ। ਇੱਕ ਵਾਰ ਦਿਖਾ ਦਿਓ। ਪੈਪਟ ਹੁੰਦੀ ਆ ਜੀ ਆਹ। ਹਾਂਜੀ ਪੈਪਟ ਵੀ ਇੱਕ ਵਾਰ ਬਾਹਰ ਨਿਕਾਲ ਕੇ ਦਿਖਾ ਦਿਓ ਸਰ। ਆਹ ਪਿਆ ਬਟੈਰੋਮੀਟਰ ਹੁੰਦਾ ਜੀ। ਇਹ 40 ਰੁਪਏ ਦਾ। ਹਾਂਜੀ ਆ ਪੈਪਟ ਕਰੀ। ਇਹ ਵੀ 40 ਰੁਪਏ ਦਾ। ਹਾਂਜੀ ਬਿਲਕੁਲ ਸਹੀ ਹੈ। ਟੈਂਪਰੇਚਰ ਹੁੰਦੇ ਆ ਜੀ, ਇਹ ਟੈਂਪਰੇਚਰ ਨਾਪਣੇ ਕੇ ਲਈ। ਹਾਂਜੀ ਹਾਂਜੀ ਠੀਕ ਹੈ ਸਰ। ਹਾਂਜੀ ਮਸ਼ੀਨਾਂ ਹੁੰਦੀਆਂ ਜੀ ਫੈਟ ਲਾਉਣ ਵਾਲੀਆਂ, ਇਨੋਵਾ ਮਸ਼ੀਨ ਆ ਜੀ ਇਹ। ਹਾਂਜੀ ਫੈਟ ਇਹਦੇ ਅੰਦਰ ਹੀ ਸਾਰਾ ਸਿਸਟਮ ਆ, ਬਾਹਰ ਨਹੀਂ ਆਊਗਾ, ਆਟੋਮੈਟਿਕ ਆ ਇਹ। ਹਾਂਜੀ ਇਹ 3100 ਰੁਪਏ ਦੀ ਆ। 3100। ਹਾਂਜੀ ਇਸਦਾ ਆਟੋਮੈਟਿਕ ਸਰ ਟਾਈਮਿੰਗ ਸੈੱਟ ਕਰ ਰੱਖਿਆ ਕਿ 5 ਮਿੰਟ ਤੇ ਟਾਈਮ ਸੈੱਟ ਕਰਕੇ ਇਹਨੂੰ ਫੈਟ ਲਾ ਦੇਣੀ ਆਪਾਂ। ਹਾਂਜੀ ਮਤਲਬ ਇੱਕ ਵਾਰ ਘੁਮਾਣੇ ਸੇ 5 ਮਿੰਟ ਚਲੇ ਗਏ। ਹਾਂ ਇੱਕ ਵਾਰ ਘੁਮਾਣੇ 5 ਮਿੰਟ, 4 ਤੇ ਸੈੱਟ ਕਰ ਲਓ, 5 ਤੇ ਕਰ ਲਓ, ਫਿਰ ਆਪਣੇ ਆਪ ਆਟੋ ਆਫ ਹੋ ਜਾਏਗਾ। ਹਾਂਜੀ ਹਾਂਜੀ ਉਸ ਤੋਂ ਬਾਅਦ ਆਹ ਮਸ਼ੀਨ ਹੁੰਦੇ ਆ ਕੰਪਿਊਟਰਾਈਜ਼। ਹਾਂਜੀ ਇਹ ਨਿਊ ਲਾਈਨ ਦੀ ਮਸ਼ੀਨ ਆ, ਇਹ 32000 ਦੀ ਆ ਇਹ। ਹਾਂਜੀ ਨਿਊ ਲਾਈਨ ਦੀ 32000 ਮਸ਼ੀਨ ਆ। ਹਾਂਜੀ ਇਹ ਵੱਧ ਵਾਈਬ੍ਰੇਟਰ 38000 ਰੁਪਏ ਦੀ ਆ। ਹਾਂਜੀ ਤੇ ਇਹਦੀ ਟੋਟਲ ਰਿਪੇਅਰ ਅਸੀਂ ਨਾਨਕ ਸਰ, ਸਾਡਾ ਸਰਵਿਸ ਸੈਂਟਰ ਬਣਾਇਆ ਹੋਇਆ ਜਗਰਾਉਂ ਦੇ ਨਾਲ ਨਾਨਕ ਸਰ, ਹਾਂਜੀ ਟੋਟਲ ਰਿਪੇਅਰ ਕਰਦੇ ਆ। ਕੋਈ ਪੀਸੀਬੀ ਨਵਾਂ ਕਾਰਡ ਜਲਦੀ ਨਹੀਂ ਪਾਉਂਦੇ, ਉਹਦੀ ਰਿਪੇਅਰ ਕਰ ਦਿੰਦੇ ਆ। ਤਾਂ ਸਰ ਲੀਕ ਹੋਇਆ ਉਹਦੀ ਵੀ ਰਿਪੇਅਰ ਕਰ ਦਿੰਦੇ। ਹਾਂਜੀ ਇਸ ਦੀ ਗਾਰੰਟੀ ਵਗੈਰਾ ਕਿੰਨੀ ਰਹਤੀ ਸਰ? ਇਹਦੀ ਸਾਲ ਦੀ, 1 ਸਾਲ ਦੀ ਗਾਰੰਟੀ ਹੁੰਦੀ ਹੈ ਜੀ ਸਭੀ ਮਸ਼ੀਨੋਂ ਮਸ਼ੀਨ ਹੋ ਗਈ। ਹਾਂ ਹਾਂ 1 ਸਾਲ। ਤਾਂ ਇਨਮੇ ਰੇਟ ਮੇ ਡਿਫਰੈਂਸ ਕਿਉਂ ਹੈ? ਇਹ ਮਸ਼ੀਨ ਬਲਗਾਰੀਆ 'ਚ ਬਣੀ ਹੋਈ ਆ ਬਾਹਰ, ਇਹਦਾ ਰੇਟ ਹੀ ਇੰਨਾ ਵਾ ਜੀ। ਹਾਂਜੀ ਹਾਂਜੀ ਇਹਦਾ ਪ੍ਰਾਈਜ਼ ਥੋੜ੍ਹਾ ਜ਼ਿਆਦਾ ਇੰਨਾ ਨਾਲ, ਇਹ ਇੰਡੀਆ ਦੀ ਬਣੀ ਹੋਈ ਆ। ਹਾਂਜੀ ਹਾਂਜੀ ਇਸ ਲਈ ਕੰਮ ਹੈ। ਬਾਕੀ ਸਾਡੇ ਕੋਲ ਮਿਲਕ ਕਲੈਸਨ ਸੌਫਟਵੇਅਰ ਹੁੰਦੇ ਆ, ਹਾਂਜੀ ਮੋਬਾਈਲ ਤੇ ਸੌਫਟਵੇਅਰ ਹੁੰਦੇ ਆ, ਹਾਂਜੀ ਤੇ ਐਨਾਲਾਈਜ਼ਰ ਦੀ ਟੋਟਲ ਸਾਰੀਆਂ ਮਸ਼ੀਨਾਂ ਦੀ ਰਿਪੇਅਰ ਕਰਦੇ ਆ। ਹਾਂਜੀ ਹਾਂਜੀ ਜੋ ਮਰਜ਼ੀ ਸਾ ਤੋਂ ਰਿਪੇਅਰ ਕਰਵਾਓ ਤੇ ਨਾਨਕ ਸਰ ਸਾਡਾ ਐਡਰੈਸ ਹੈ। ਹਾਂਜੀ ਇੱਕ ਵਾਰ ਸਰ ਉਹ ਬੁਰਸ਼ ਵਗੈਰਾ ਔਰ ਜੋ ਜਿਵੇਂ ਪਸ਼ੂ ਕੇ ਸਾਫ ਕਰਨ ਕੇ ਲਈ ਜੋ ਖਰਰ ਹੈ ਜਿਸਕੋ ਬੋਲਤੇ ਹੈ। ਹਾਂਜੀ ਹਾਂ ਬੁਰਸ ਆਉਂਦੇ ਆ ਜੀ ਇਹ। ਇਹ ਕਿੰਨੇ ਪ੍ਰਾਈਸ ਦੇ? ਇਹ 120 ਰੁਪਏ ਦਾ ਆਉਂਦਾ ਜੀ ਇੱਕ ਸਿੰਗਲ ਪੀਸ। ਹਾਂਜੀ ਹਾਂਜੀ ਇਹ ਆਉਂਦੇ ਆ ਨਿਪਲ ਡਾਲਤੇ ਜਿਸਮੇ ਦੁੱਧ ਡਾਲ ਕੇ ਫੈਟ ਚੈੱਕ ਕਰਤੇ ਜੋ ਸਫਾਈ ਕੇ ਲਈ ਬੁਰਸ਼ ਹੈ। ਹਾਂਜੀ ਹਾਂਜੀ ਇਹ ਬੁਰਸ ਹੁੰਦੇ ਆ ਜੀ। ਹਾਂਜੀ ਇਹ ਤੇਜ਼ਾਬ ਪਾਉਣ ਲਈ ਹੁੰਦੀ ਹੈ, ਅਲਕੋਹਲ ਪਾਉਣ ਲਈ ਬੋਤਲਾਂ ਹੁੰਦੀਆਂ। ਹਾਂਜੀ ਤੇਜ਼ਾਬ ਕੇ ਲਈ। ਹਾਂਜੀ ਹਾਂਜੀ ਬਹੁਤ ਹੀ ਬੜੀਆ। ਤੋ ਸਰ ਮੈਂ ਐਡਰੈਸ ਵਗੈਰਾ ਜਾਣਨਾ ਚਾਹੂੰਗਾ ਆਪਸੇ, ਕੌਣ ਸਾ ਐਡਰੈਸ ਆਪਕਾ? ਐਡਰੈਸ ਆਪਣਾ ਇਹ ਆ ਜੀ ਜਗਰਾਉਂ ਦੇ ਨਾਲ ਨਾਨਕ ਸਰ ਆ ਜੀ। ਹਾਂਜੀ ਨਾਨਕ ਸਰ ਆਪਣੀ ਸ਼ੌਪ ਆ ਜੀ। ਹਾਂਜੀ ਤੂਰ ਡੈਰੀ ਇਕੁਪਮੈਂਟ ਦੇ ਨਾਂ ਤੇ। ਹਾਂਜੀ
तो सर भारत भर में कोई खरीदना चाहे तो कहीं भी डिलीवरी कर सकते हैं? हाँ, डिलीवरी कहीं भी करवा लो सर। हाँ जी, कॉन्टैक्ट नंबर और बता दो। 9781500082 9815001052। हाँ जी सर, मैं एक बात और जानना चाहूँगा, वीडियो देख के कोई व्यूवर्स आता है तो क्या रेट वगैरह डिस्काउंट मेले के हिसाब से रहेंगे या फिर एक्स्ट्रा कर सकते हैं आप? नहीं, वो तो डिस्काउंट भी होगा लेकिन मेले पे बहुत डिस्काउंट दिया हुआ है। हाँ जी, हाँ जी सर, एक बात और है कि रेट वगैरह जायज़ हैं क्या, इससे मतलब और भी कुछ संभावनाएं हैं? ये रेट बहुत जायज़ है, बाकी और भी हो जाता वा थोड़ा घना, आए तो कस्टमर आए तो सही हो जाता है और कर सकते हैं। हाँ जी, हाँ जी, नहीं, कर सकते बिल्कुल। तो मैं भी उससे कहना चाहूँगा कोई भी हमारी वीडियो अब तक देख रहे हैं तो ज़रूर सर से बात करें रेट के बारे में, और काफ़ी अच्छे डिस्काउंट में प्रोडक्ट ले सकते हैं, गारंटी वगैरह भी मिलती है। तो मेजर सर, बहुत बहुत धन्यवाद आपका। ओके, थैंक यू वेरी मच सर।